ਸਾਡੇ ਹਿੰਦੂ ਕਹਿੰਦੇ ਸਾਰੇ ਦੇਸ਼ ਦੇ ਸਾਰੇ ਕਿੱਥੇ ਜਾ ਕੇ ਕੋਈ ਇੱਜ਼ਤ ਦੀ ਗੱਲ ਨਾ ਕਰੋ, ਕੋਈ ਨਹੀਂ ਸੈਕੂਲਰ ਦੀ ਗੱਲ ਕੀਤੀ। ਤੋ ਕਦੀ ਵੀ ਇਹੋ ਜਿਹਾ ਨਾ ਪਾਰਟੀ ਦਾ ਸੰਦੇਸ਼ ਹੈ, ਚਾਹੇ ਕੋਈ ਵੀ ਢਿੱਲ ਹੋਵੇ, ਕੋਈ ਜਾਤ ਪਾਤ ਤੋਂ ਉੱਤੇ ਉੱਠ ਕੇ ਸਾਡਾ ਫਰਜ਼ ਬਣਦਾ। ਪਰ ਮੈਂ ਸਾਰਿਆਂ ਦੀ ਭਾਵਨਾ ਵੀ ਕਦਰ ਹੈ, ਕਿਰਪਾ ਕਰਕੇ ਇੱਧਰ ਬਿਲਕੁਲ ਤਸਵੀਰਾਂ ਦੇ ਵਿੱਚ ਤੁਸੀਂ ਇਸ ਵੇਲੇ ਦੇਖ ਸਕਦੇ ਹੋ ਕਿ ਪ੍ਰਤਾਪ ਬਾਜਵਾ ਵੀ ਜੋ ਨੇ ਉਹ ਇਸ ਬੈਠਕ ਦੇ ਵਿੱਚ ਪਹੁੰਚ ਚੁੱਕੇ ਨੇ। ਔਰ ਦੂਸਰੇ ਪਾਸੇ ਜਿਹੜੇ ਹੰਗਾਮੇ ਦੀ ਗੱਲ ਕੀਤੀ ਜਾ ਰਹੀ ਹੈ ਤਾਂ ਲਾਜ਼ਮੀ ਤੌਰ 'ਤੇ ਜਿਸ ਦਾ ਜ਼ਿਕਰ ਗਗਨ ਅਸੀਂ ਕਰ ਰਹੇ ਸੀ ਕਿ ਲੋਕ ਸਭਾ ਦੇ ਉਮੀਦਵਾਰ ਨੂੰ ਲੈ ਕੇ ਜਦੋਂ ਕਿਸੇ ਦੇ ਨਾਮ ਦੀ ਚਰਚਾ ਹੋਏਗੀ ਤਾਂ ਉਸ ਨੂੰ ਲੈ ਕੇ ਵਰਕਰਾਂ ਵੱਲੋਂ ਵਿਰੋਧ ਵੀ ਕੀਤਾ ਜਾ ਸਕਦਾ। ਤਾਂ ਉਹੀ ਗੱਲ ਹੋਈ ਕਿ ਓਮ ਪ੍ਰਕਾਸ਼ ਸੋਨੀ ਦੇ ਨਾਮ ਦੀ ਬਹੁਤ ਚਰਚਾ ਕਿ ਉਹਨਾਂ ਨੂੰ ਇਸ ਵਾਰ ਟਿਕਟ ਦਿੱਤੇ ਜਾਣ ਦੇ ਬਾਰੇ ਵਿਚਾਰ ਕੀਤਾ ਜਾ ਸਕਦਾ। ਤਾਂ ਜਦੋਂ ਜਿਸ ਤਰੀਕੇ ਦੇ ਨਾਲ ਉਸ ਤੋਂ ਬਾਅਦ ਕਿਉਂਕਿ ਮੀਡੀਆ ਨੂੰ ਮੀਟਿੰਗ ਤੋਂ ਬਾਹਰ ਰੱਖਿਆ ਗਿਆ, ਪਰ ਬਾਅਦ ਦੇ ਵਿੱਚ ਜਿਹੜੀ ਗੱਲ ਗੁਰਜੀਤ ਔਜਲਾ ਮੰਚ ਦੇ ਉੱਤੋਂ ਕਰਦੇ ਨਜ਼ਰ ਆਏ ਤਾਂ ਉਸ ਤੋਂ ਇਹ ਸਪਸ਼ਟ ਹੈ ਕਿ ਉਹਨਾਂ ਨੇ ਇੱਕ ਤਾਂ ਇਹ ਗੱਲ ਕੀਤੀ ਕਿ ਅਸੀਂ ਸੈਕੂਲਰ ਹਾਂ, ਕੋਈ ਵੀ ਜਾਤ ਪਾਤ ਵਾਲੀ ਗੱਲ ਨਹੀਂ ਹੈ। ਕਿਉਂਕਿ ਇਹ ਗੱਲ ਹੋਈ ਹੋਏਗੀ ਕਿ ਪਹਿਲਾਂ ਜੋ ਹੈ ਇੱਕ ਸਿੱਖ ਉਮੀਦਵਾਰ ਨੂੰ ਟਿਕਟ ਦਿੱਤੀ ਗਈ ਤਾਂ ਇੱਕ ਵਾਰ ਹਿੰਦੂ ਚਿਹਰੇ ਨੂੰ ਵੀ ਮੌਕਾ ਦਿੱਤਾ ਜਾਣਾ ਚਾਹੀਦਾ। ਤਾਂ ਇਸ ਕਰਕੇ ਜਿਹੜੇ ਸਮਰਥਕ ਸੀ ਗੁਰਜੀਤ ਔਜਲਾ ਦੇ ਜਾਂ ਓਮ ਪ੍ਰਕਾਸ਼ ਸੋਨੀ ਦੇ ਤਾਂ ਉਹਨਾਂ ਨੇ ਕਿਤੇ ਨਾ ਕਿਤੇ ਨਾਅਰੇਬਾਜ਼ੀ ਕੀਤੀ ਔਰ ਮੀਟਿੰਗ ਦੇ ਵਿੱਚੋਂ ਜਦੋਂ ਉੱਠ ਕੇ ਬਾਹਰ ਆਉਣ ਲੱਗੇ ਤਾਂ ਖੁਦ ਗੁਰਜੀਤ ਔਜਲਾ ਮਾਈਕ ਦੇ ਉੱਤੇ ਬੋਲਦੇ ਹੋਏ ਨਜ਼ਰ ਆਏ, ਉਹਨਾਂ ਨੂੰ ਸ਼ਾਂਤ ਕਰਦੇ ਹੋਏ ਨਜ਼ਰ ਆਏ। ਔਰ ਉਹਨਾਂ ਦਾ ਕਹਿਣਾ ਸੀ ਕਿ ਇਹ ਗੁਰੂ ਨਗਰੀ ਹੈ ਔਰ ਗੁਰੂ ਨਗਰੀ ਦੀ ਸੇਵਾ ਦਾ ਮੌਕਾ ਜਿਸ ਨੂੰ ਵੀ ਮਿਲੇਗਾ ਉਹ ਤਨਦੇਹੀ ਦੇ ਨਾਲ ਆਪਣੀ ਡਿਊਟੀ ਨਿਭਾਏਗਾ। ਤਾਂ ਇਸ ਵੇਲੇ ਪ੍ਰਤਾਪ ਬਾਜਵਾ ਤੁਸੀਂ ਦੇਖ ਸਕਦੇ ਹੋ ਕਿ ਮੀਟਿੰਗ ਦੇ ਬਾਹਰ ਪਹੁੰਚ ਚੁੱਕੇ ਨੇ। ਤਾਂ ਉਹਨਾਂ ਦੇ ਨਾਲ ਗੱਲਬਾਤ ਵੀ ਕਰਨ ਦੀ ਅਸੀਂ ਕੋਸ਼ਿਸ਼ ਕਰਾਂਗੇ ਕਿ ਆਖਿਰਕਾਰ ਉਹਨਾਂ ਵੱਲੋਂ ਕੀ ਕੁਝ ਕਿਹਾ ਜਾਂਦਾ। ਤਾਂ ਇਸ ਵੇਲੇ ਪ੍ਰਤਾਪ ਬਾਜਵਾ ਤੁਸੀਂ ਦੇਖੋ ਕਿ ਪਹੁੰਚ ਚੁੱਕੇ ਨੇ ਅੰਮ੍ਰਿਤਸਰ ਔਰ ਉਹਨਾਂ ਨਾਲ ਗੱਲ ਕਰਨ ਦੀ ਵੀ ਕੋਸ਼ਿਸ਼ ਕਰਦੇ ਹਾਂ ਕਿ ਉਹਨਾਂ ਦਾ ਕੀ ਕਹਿਣਾ। ਜੀ ਬਾਜਵਾ ਸਾਹਿਬ, ਜਿਹੜੀ ਅੱਜ ਮੀਟਿੰਗ ਹੈਗੀ ਆ, ਕੀ ਕਹਿਣਾ ਚਾਹੋਗੇ? ਉਹ ਇੱਕ ਮਿੰਟ ਬੇਟਾ, ਤੁਸੀਂ ਮੂੰਹ ਮਾਈਕ ਤੇ ਮੂੰਹ ਚ ਪਾਈ ਜਾਂਦੇ ਹੋ, ਜਵਾਬ ਮੈਂ ਕੀ ਦੇਵਾਂ? ਚਲੋ ਚਲੋ ਚਲੋ।